ਗਡਕਰੀ ਕੁਝ ਹੀ ਸਮੇਂ 'ਚ ਰੱਖਣਗੇ ਐਲੀਵੇਟਡ ਸਟਰਕਚਰ ਅਤੇ ਵਾਹਨ ਅੰਡਰਪਾਸ ਦਾ ਨੀਂਹ ਪੱਥਰ। ਸਾਂਪਲਾ। ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਫਗਵਾੜਾ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਫਗਵਾੜਾ ਵਿਖੇ ਐਲੀਵੇਟਡ ਸਟਰਕਚਰ ਅਤੇ ਵਾਹਨ ਅੰਡਰਪਾਸ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਜਿਸ ਲਈ ਉਹ ਕੁਝ ਹੀ ਸਮੇਂ ਵਿੱਚ ਫਗਵਾੜਾ ਪਹੁੰਚ ਰਹੇ ਹਨ, ਜਿਸ ਤੋਂ ਬਾਅਦ ਉਹ ਇਸ ਦਾ ਨੀਂਹ ਪੱਥਰ ਰੱਖਣਗੇ। ਅਜੀਤ ਵੈਬ ਟੀਵੀ ਲਈ ਚਿਰਾਗ ਸ਼ਰਮਾ ਦੀ ਰਿਪੋਰਟ। ਅੱਜ ਲਗਭਗ 1:30 to 2:15 ਦੇ ਵਿੱਚ ਮਾਨਯੋਗ ਨਿਤਿਨ ਗਡਕਰੀ ਜੀ ਜਿਹੜੇ ਕੇਂਦਰੀ ਮੰਤਰੀ ਜਿਹੜੇ ਸੜਕੀ ਮਾਰਗ ਦੇ ਨੇ ਉਹਨਾਂ ਦੇ ਇੱਥੇ ਆਗਮਨ ਹੋਣਾ ਹੈ ਔਰ ਉਸ ਤੋਂ ਬਾਅਦ ਜਿਹੜਾ ਲਗਭਗ ਆਉਂਦਿਆਂ ਹੀ ਉਹਨਾਂ ਦੀ ਇੱਥੇ ਪੂਜਾ ਸ਼ੁਰੂ ਹੋਏਗੀ, ਹਵਨ ਹੋਏਗਾ ਔਰ ਉਸ ਤੋਂ ਬਾਅਦ ਸ਼ਿਲਾਨਿਆਸ ਦਾ ਜਿਹੜਾ ਉਹ ਕਰਨਗੇ। ਉਸ ਤੋਂ ਬਾਅਦ ਪ੍ਰੋਗਰਾਮ ਦੀ ਜਿਹੜੀ ਰਵਾਇਤੀ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਹੋਏਗਾ। ਇਸ ਪੁੱਲ ਦੀ ਕਿੱਡੀ ਕੁ ਅਹਿਮੀਅਤ ਇਸ ਫਗਵਾੜੇ ਦੇ ਲੋਕ ਤੁਹਾਨੂੰ ਦੱਸਦੇ ਹੋਣਗੇ ਕਿ ਸਮੱਸਿਆਵਾਂ ਤਾਂ ਸਾਰੀ ਜਗ੍ਹਾ 'ਤੇ ਹੋਣਗੀਆਂ, ਪਰ ਫਗਵਾੜੇ ਦੇ ਲੋਕਾਂ ਦੀ ਬਹੁਤ ਦੇਰ ਤੋਂ ਇੱਕ ਉਚਿਤ ਮੰਗ ਵੀ ਸੀ ਔਰ ਕਿਉਂਕਿ ਇਹ ਪਹਿਲਾਂ ਪੁੱਲ ਮਿੱਟੀ ਦਾ ਬਣ ਰਿਹਾ ਸੀ, ਮਿੱਟੀ ਦੇ ਨਾਲ ਹੁਣ ਇਹ ਐਲੀਵੇਟਡ ਰੋਡ ਬਣ ਰਿਹਾ ਔਰ ਮਿੱਟੀ ਦਾ ਪੁੱਲ ਬਣਨ ਦੇ ਨਾਲ ਜਿਹੜਾ ਸੀ ਉਹ ਸ਼ਹਿਰ ਦੋ ਹਿੱਸਿਆਂ 'ਚ ਵੰਡ ਹੋ ਜਾਂਦਾ ਸੀ, ਇੱਕ ਤਰੀਕੇ ਨਾਲ ਦੀਵਾਰ ਖੜ੍ਹੀ ਹੋ ਜਾਂਦੀ ਸੀ, ਜਿਹਦੇ ਕਰਕੇ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਇਤਰਾਜ਼ ਸੀ ਔਰ ਇਹ ਸੀ ਮੰਗ ਸੀ ਕਿ ਐਲੀਵੇਟਡ ਰੋਡ ਬਣੇ। ਸੋ ਹੁਣ ਇਹ ਐਲੀਵੇਟਡ ਰੋਡ ਬਣੇਗਾ ਔਰ ਅੱਜ ਸ਼ਿਲਾਨਿਆਸ ਤੋਂ ਬਾਅਦ ਇਹਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਇਹ 1 ਸਾਲ ਦੇ ਅੰਦਰ ਅੰਦਰ ਇਹ ਕੰਪਲੀਟ ਹੋਏਗਾ ਔਰ ਜਿਹੜੀ ਕੰਪਨੀ ਇਹਨੂੰ ਕੰਪਲੀਟ ਕਰੇਗੀ ਉਹ 4 ਸਾਲ ਤੱਕ ਇਹਦਾ ਜਿਹੜਾ ਮੈਂਟੇਨੈਂਸ ਦਾ ਕੰਮ ਵੀ ਉਹੀ ਦੇਖੇਗੀ। ਦੇਖੀ ਉਹਨਾਂ ਦੇ ਕੀ ਕਿਹਾ ਕੀ ਨਹੀਂ ਕਿਹਾ ਮੈਨੂੰ ਨਹੀਂ ਪਤਾ, ਕਿਉਂਕਿ ਇਹ ਤਾਂ ਜਿਹੜਾ ਵਿਭਾਗ ਦੇ ਅਧਿਕਾਰੀ ਹੀ ਦੱਸ ਪਾਣਗੇ ਕਿ ਕਾਰਨ ਕੀ ਰਿਹਾ, ਪਰ ਇੰਨਾ ਜ਼ਰੂਰ ਹੈ ਕਿ ਜਿੱਥੇ ਵੀ ਸੂਮੋ ਦਾ ਕੰਮ ਚੱਲਦਾ ਸੀ ਉੱਥੇ ਉਹ ਇੱਕ ਤਰੀਕੇ ਨਾਲ ਕੰਮ ਰੁਕਿਆ ਸਾਨੂੰ ਨਜ਼ਰ ਆ ਰਿਹਾ ਔਰ ਇੱਥੇ ਵੀ ਜਿਹੜੀ ਇਹ ਜਿਹੜੀ ਸਮੱਸਿਆ ਸੀ ਇਹ ਇਹਦੇ 'ਚ ਸੂਮੋ ਦੇ ਕਾਰਨ ਕਰੀ ਸੀ ਔਰ ਹੁਣ ਇਹ ਸੂਮੋ ਤੋਂ ਨੂੰ ਟੈਂਡਰ ਨਾ ਦੇ ਕੇ ਕਿਸੇ ਹੋਰ ਕੰਪਨੀ ਤੋਂ ਕੰਮ ਕਰਾਉਣ ਲਈ ਦੁਬਾਰਾ ਔਰ ਇਸੇ ਕਰਕੇ ਇਸ ਨੂੰ ਇੰਨਾ ਲੰਬਾ ਸਮਾਂ ਵੀ ਜਿਹੜਾ ਉਹ ਲੱਗਾ ਹੈ।